सत सिंह जी आप दूसरी बारी लास्ट में मौका मिलिया साडे दर्शन करन दा विचार सांझी करन दा अपने अज खुशी का दिन गुरु ज्ञान नाथ जी महाराज जी दे गुण गा रहे उन्होंने दूसरे जन्मदिन से बहुत खुशी आ जो पता लगता भी किदा संगत जुड़ी आ किदा मंदिर बने आ किदा उन्हें हौसला दिता संगत नूं तां इसे तरह अपने यूके दे विच जिन्हें गुरु रविदास वाल्मीकि मंदिर आ वह सारे की हिस्टरी इदा ही आउंदी आ भी सारे ने बहुत मेहनत करके बनाया जिहड़ी हुण आउण वाली पीढ़ी आ उन्हां ने इसे जिहड़ियां कुरबानियां दित्तियां मेहनतां कीतियां कमाईयां करदे अपने खून पसीने की कमाई लाई आ उहदे जोर ते उहदे सिर ते आपां गाहां प्रोजेक्ट होर कर सकते हैं करके जो अपना कोई प्लेटफॉर्म बन जाता है तो उदो प्लेटफॉर्म के उत्ते आपां बजुर्गों का धन्नवाद करते हैं जिन्होंने अपनी कमाईया के विचों ये जो अज सानू अलीशान मंदिर गुरुद्वारे बना के दिते आ तां सतसंग जी आप भी दास नूं भी मौका मिलिया बरंगम गुरुद्वारे विच भी सेवा करन दा जो गुरुद्वारा गन भेट हो गया उदों भी टाइम मिला सो ये पता लगता भी किस तरह कितनी मेहनत करनिया पैंदियां आ इस दे आपां 2000 दे विच आपां ना फैसला कर लिया सी भी असीं ਵੀ ਬਰਮਿੰਘਮ ਦੇ ਵਿੱਚ ਬੈਠ ਕੇ ਸਾਰਿਆਂ ਨੇ ਵੀ ਅਸੀਂ ਰਵਿਦਾਸ ਜੀ ਦਾ ਧਰਮ ਤਾਂ ਵਾਲਮੀਕ ਧਰਮ ਲਿਖਾਉਣਾ ਆ ਜਨਗਣਨਾ ਚ ਆਪਣੀ ਗਿਣਤੀ ਕਰਨੀ ਆ ਕਰਕੇ ਸਾਡੇ ਕੋਲ ਹੁਣ ਮੰਦਰ ਹੋ ਗਿਆ ਸਾਡੇ ਕੋਲ ਅਲੀਸ਼ਾਨ ਗੁਰਦੁਆਰੇ ਮੰਦਰ ਹੋ ਗਿਆ ਸਾਡੀ ਸੰਗਤ ਵਧੀ ਜਾਂਦੀ ਆ ਤਾਂ 2005 ਵਿੱਚ ਆਪਾਂ ਰਜਿਸਟਰ ਕਰ ਦਿੱਤਾ ਸੀ ਵੀ ਸਾਨੂੰ ਵਾਲਮੀਕ ਗੁਰੂ ਵਾਲਮੀਕ ਮਹਾਰਾਜ ਦਾ ਵਾਲਮੀਕੀ ਰਵਿਦਾਸ ਜੀ ਦਾ ਸਾਨੂੰ ਧਰਮ ਚਾਹੀਦਾ ਉਹਦੇ ਨਾਲ ਨਾਲ ਆਪਾਂ 2005 ਦੇ ਵਿੱਚ ਇਹਦੇ ਐਥਨਿਕ ਗਰੁੱਪ ਹੀ ਕਰ ਦਿੱਤਾ ਸੀ ਰਜਿਸਟਰ ਸ਼ਾਇਦ ਤੁਹਾਨੂੰ ਯਾਦ ਹੋਊਗਾ 2021 ਦੇ ਵਿੱਚ ਆਪਾਂ ਚਿੱਠੀ ਵੀ ਪਾਈ ਸੀ ਜਿੱਥੇ ONS ਕੋਲੋਂ ਆਪਾਂ ਚਿੱਠੀ ਲਈ ਸੀ ਵੀ ਸਾਨੂੰ ਪੱਕਾ ਦੱਸੋ ਵੀ ਜਿਹੜਾ ਐਥਨਿਕ ਗਰੁੱਪ ਆ ਉਹ ਕੋਈ ਹੋਰ ਦੇ ਨਾਲ ਤਾਂ ਨਹੀਂ ਹਿੰਦੂਆਂ ਨਾਲ ਜੋ ਹੋਰ ਕਮਿਊਨਿਟੀ ਦੇ ਨਾਲ ਤਾਂ ਨਹੀਂ ਲਿੰਕ ਕੀਤਾ ਉਹਨੇ ਸਾਨੂੰ ਚਿੱਠੀ ਪਾਈ ਕਹਿੰਦੇ ਨਹੀਂ ਦੋਨੇ ਇੰਡੀਪੈਂਡੈਂਟ ਆ ਜਿਹੜੇ ਆਪਣੇ ਵਾਲਮੀਕਿ ਤਾਂ ਰਵਿਦਾਸ ਜੀ ਤਾਂ ਉਹ ਜਿਹੜਾ ਪ੍ਰੋਸੈਸ ਆ ਫਿਰ 2009 ਦੇ ਵਿੱਚ ਸਾਰੇ ਪਾਸ ਹੋ ਗਿਆ ਗੁਰੂ ਆਪਣਾ ਰਵਿਦਾਸ ਜੀ ਦਾ ਵਾਲਮੀਕ ਤਾਂ ਐਥਨਿਕ ਗਰੁੱਪ ਦੋਵੇਂ ਐਥਨਿਕ ਗਰੁੱਪ ਦਾ ਰਿਲੀਜਨ ਪਾਸ ਹੋ ਗਿਆ 2009-10 December ਨੂੰ ਤਾਂ 2011 ਵਿੱਚ ਗਿਣਤੀ ਹੋ ਗਈ ਦਾਸ ਨੂੰ ਯਾਦ ਆ ਉਸ ਵੇਲੇ ਸਾਡੇ ਕੋਈ ਮੀਡੀਆ ਨਹੀਂ ਸੀਗਾ ਅਸੀਂ ਬਾਹਰ ਦੇ ਮੀਡੀਆ ਦੀਆਂ ਮਿੰਨਤਾਂ ਕਰਦੇ ਸੀ ਵੀ ਸਾਨੂੰ ਪ੍ਰੋਗਰਾਮ ਦੇ ਦਿਓ ਸਾਨੂੰ ਟਾਈਮ ਦੇ ਦਿਓ ਉਹ ਜਿਹੜਾ ਟਾਈਮ ਕੋਈ ਲੈਣਾ ਨਹੀਂ ਚਾਹੁੰਦਾ ਸੀ ਉਹ ਦਿੰਦੇ ਸੀਗੇ ਅੱਜ ਸਾਨੂੰ ਖੁਸ਼ੀ ਆ ਕਾਂਸ਼ੀ ਟੀਵੀ ਵਾਲੇ ਆਏ ਆ ਜਿਨ੍ਹਾਂ ਨੇ ਬ੍ਰੋਡਕਾਸਟ ਲਾਈਵ ਕਰਦੇ ਆ ਕਰਕੇ ਕਿੰਨੀ ਵਾਰੀ ਚੀਜ਼ਾਂ ਹੁੰਦੀਆਂ ਆਪਾਂ ਮੈਸੇਜ ਦੇਣਾ ਹੁੰਦਾ ਮੈਸੇਜ ਇੱਥੇ ਵੀ ਮੁੱਕਣਾ ਚਾਹੀਦਾ ਮੈਸੇਜ ਵਾਰ ਵਾਰ ਆਡੀਅੰਸ ਤੇ ਜਾਣਾ ਚਾਹੀਦਾ ਸਾਰੀ ਦੁਨੀਆਂ ਤੇ ਜਾਣਾ ਚਾਹੀਦਾ ਜਿੱਥੇ ਮਰਜ਼ੀ ਦੁਨੀਆਂ ਤੇ ਮੈਸੇਜ ਹੋਵੇ ਤਾਂ ਸੋ ਇਸੇ ਨਾਲ ਜਦੋਂ ਆਪਾਂ 2021 ਦੀ ਜਨਗਣਨਾ ਕੀਤੀ ਆ ਆਪਣੇ ਨਾਲ ਜਿੰਨੇ ਮੰਦਰ ਆ ਗੁਰਦੁਆਰਾ ਆਪਣੇ ਵਾਲਮੀਕ ਮੰਦਰ ਆ ਗੁਰੂ ਰਵਿਦਾਸ ਮਹਾਰਾਜ ਦੇ ਭਵਨ ਆ ਤਾਂ ਆਪਣੇ ਸਾਰਿਆਂ ਨੇ ਸਾਥ ਦਿੱਤਾ ਕਿ ਆਪਣੇ ਜਿੰਨਿਆਂ ਨੇ ਸਾਰੇ ਨੇ ਟੀਵੀ ਨੇ ਕਾਂਸ਼ੀ ਟੀਵੀ ਨੇ ਏਕਤਾ ਟੀਵੀ ਨੇ ਸਾਡੇ ਸੋਸ਼ਲ ਮੀਡੀਆ ਨੇ ਖੁਸ਼ੀ ਟੀਵੀ ਨੇ ਤਾਂ ਹੋਰ ਸਾਰੇ ਸੋਸ਼ਲ ਮੀਡੀਆ ਨੇ ਬਹੁਤ ਜ਼ੋਰ ਲਾ ਕੇ ਇਹਨੂੰ ਪ੍ਰਮੋਟ ਕੀਤਾ ਸਾਨੂੰ ਆਸ ਆ ਵੀ ਐਤਕੀ ਸਾਡੀ ਜਿਹੜੀ ਗਿਣਤੀ ਆ ਉਹ ਵੱਧ ਆਊਗੀ ਅੱਗੇ ਨਾਲੋਂ ਵੱਧ ਆਉਣੀ ਆ ਹੋਰ ਵਾਧੂ ਆਊਗੀ ਕਰਕੇ ਜਿੰਨੀ ਮਿਹਨਤ ਸਾਰਿਆਂ ਨੇ ਕੀਤੀ ਆ ਉਹ ਜਿਹੜੇ ਆਪਣੇ ਰਿਜ਼ਲਟਸ ਲਾਸਟ ਵੀਕ ਜਿਹੜੇ ਰਿਜ਼ਲਟਸ ਆਏ ਸੀ ਜਨਗਣਨਾ ਦੇ ਉਹ ਆਪਣੇ ਟੋਟਲ ਪਾਪੂਲੇਸ਼ਨ ਦੇ ਆਏ ਸੀਗੇ ਉਹ ਆਪਾਂ ਏਕਤਾ ਟੀਵੀ ਤੇ ਪ੍ਰੋਗਰਾਮ ਦੇ ਦਿੱਤਾ ਤਾਂ ਉਹ ਆਪਾਂ ਹੁਣ ਜਿਹੜੇ ਆਉਣ ਵਾਲੇ ਪ੍ਰੋਗਰਾਮ ਵੀ ਆਪਾਂ ਬੁੱਕ ਕਰਨੇ ਹਨ ਜਿਹੜੇ ਪ੍ਰਮੋਟ ਕਰਨੇ ਉਹਦੇ ਵਿੱਚ ਆਪਾਂ ਨੂੰ ਪਤਾ ਆ ਵੀ 60 million ਦੇ ਕੋਲ ਆਪਣੀ ਪਾਪੂਲੇਸ਼ਨ ਅਪਰੋਚ ਹੋ ਗਈ ਆ ਤਾਂ ਅਬਾਊਟ 6-7% ਪਾਪੂਲੇਸ਼ਨ ਇਨਕਰੀਜ ਹੋਈ ਆ ਸਾਨੂੰ ਆਟੋਮੈਟਿਕਲੀ ਪਤਾ ਵੀ ਜਿਹਨੇ ਅੱਗੇ ਰਵਿਦਾਸ ਜਾਂ ਵਾਲਮੀਕੀ ਲਿਖਾਇਆ ਸੀਗਾ ਰਿਲੀਜਨ ਦਾ ਐਥਨਿਕ ਗਰੁੱਪ ਸਾਡੇ 7% ਤੋਂ ਵਧੇ ਹੋਣੇ ਆ ਬਾਕੀ ਜਿਹੜਾ ਆਪਾਂ ਜ਼ੋਰ ਲਾਇਆ ਮਿਹਨਤ ਕੀਤੀ ਸਾਰਿਆਂ ਨੇ ਮਿਹਨਤ ਕਰਕੇ ਆਪਾਂ ਸਾਰਿਆਂ ਨੂੰ ਕਿਹਾ ਲਿਖੋ ਤਾਂ ਐਤਕੀ ਸਾਰੀ ਦੁਨੀਆਂ ਦੇ ਵਿੱਚ ਸਾਡਾ ਮੈਸੇਜ ਗਿਆ ਸਾਰੀ ਦੁਨੀਆਂ ਨੂੰ ਕਿਹਾ ਵੀ ਜੇ ਸਾਡੇ ਰਿਸ਼ਤੇਦਾਰ ਇੰਗਲੈਂਡ ਵਿੱਚ ਹੈਗੇ ਆ ਆਪਣੇ ਭਾਈ ਸੱਜਣ ਹੈਗੇ ਆ ਸਾਰੇ ਉਹਨਾਂ ਦੇ ਰਿਸ਼ਤੇਦਾਰ ਇੰਡੀਆ 'ਚ ਵੀ ਹੈਗੇ ਆ ਬਾਹਰ ਵੀ ਹੈਗੇ ਵੀ ਤੁਸੀਂ ਵੀ ਫੋਨ ਕਰਕੇ ਕਹਿ ਦਿਓ ਜਿਹਨਾਂ ਕੋਲ ਸਾਡੇ ਨਾਲ ਲਿੰਕ ਨਹੀਂ ਮਿਲਦਾ ਸੋ ਹੁਣ ਖੁਸ਼ਖਬਰੀ ਇਹ ਆ ਵੀ ਆਪਣੇ ਨਾ ਜਿਹੜੇ ਰਿਜ਼ੋਲਟਸ ਆ ਰਵਿਦਾਸ ਜੀ ਵਾਲਮੀਕ ਦੇ ਰਿਲੀਜਨ ਦਾ ਐਥਨਿਕ ਰਿਜ਼ੋਲਟ ਦੇ ਮੋਰਲੇ ਮਹੀਨੇ ਆ ਜਾਣੇ ਆ
ਸੋ ਸਾਨੂੰ ਇਹ ਬਹੁਤ ਖੁਸ਼ੀ ਉਡੀਕਾਂ ਕਰਦੇ ਹਾਂ ਵੀ ਕਿਹੜੀ ਘੜੀ ਰਿਜ਼ਲਟਸ ਆਉਣ ਆਪਾਂ ਸ਼ੇਅਰ ਕਰੀਏ ਸਾਰਿਆਂ ਨਾਲ ਤਾਂ ਉਹਦੇ ਰਿਜ਼ਲਟਸ ਆ ਜਾਣੇ ਆਪਾਂ ਪ੍ਰੋਗਰਾਮ ਬਣਾਉਂਦੇ ਹਾਂ ਮੰਦਰਾਂ ਵਿੱਚ ਵੀ ਆਪਣੇ ਗੁਰਦੁਆਰਿਆਂ ਵਿੱਚ ਵੀ ਭਵਨਾਂ ਵਿੱਚ ਵੀ ਤਾਂ ਸੋਸ਼ਲ ਮੀਡੀਆ 'ਤੇ ਵੀ ਟੀਵੀ 'ਤੇ ਵੀ ਆਪਣੇ ਕਾਂਸ਼ੀ ਟੀਵੀ 'ਤੇ ਵੀ ਏਕਤਾ ਟੀਵੀ ਸਾਰੇ ਸੋਸ਼ਲ ਮੀਡੀਆ 'ਤੇ ਕਰਾਂਗੇ ਆਪਾਂ ਪ੍ਰਮੋਟ ਕਰਨਾ ਆ ਆਪਾਂ ਨੂੰ ਉਹਦਾ ਕੀ ਕਾਰਨ ਕੀ ਕਿਉਂ ਕਰਨ ਲੱਗੇ ਆਪਾਂ ਦਿਨ ਰਾਤ ਦੌੜ ਭੱਜ ਕਰਨ ਲੱਗੇ ਹਾਂ ਆਪਾਂ ਕਹਿੰਦੇ ਜਿੱਦਾਂ ਬਾਕੀਆਂ ਨੇ ਨਾ ਮਹਾਰਾਜ ਵੀ ਕਹਿੰਦੇ ਆ ਵੀ ਐਸਾ ਚਾਹੂੰਗਾ ਮੈਂ ਜਿਹਨਾਂ ਨੂੰ ਬਰਾਬਰ ਹੱਕ ਮਿਲੇ ਜਿਹਨਾਂ ਨੂੰ ਖਾਣ ਪੀਣ ਨੂੰ ਮਿਲੇ ਜਿਹਨਾਂ ਨੂੰ ਕੋਈ ਬਰਾਬਰੀ ਨਕਸ਼ੀ ਹੋਵੇ ਉਹ ਤਾਂ ਹੀ ਹੁਣ ਜਦੋਂ ਆਪਾਂ ਆਪਣੀ ਗਿਣਤੀ ਕਰਨੀ ਕਰਕੇ ਇਸ ਕੰਟਰੀ ਵਿੱਚ ਹੱਕ ਉਦੋਂ ਹੀ ਮਿਲਦੇ ਜੋ ਤੁਹਾਡੀ ਗਿਣਤੀ ਹੋ ਜਾਂਦੀ ਹੈ ਜੇ ਤੁਸੀਂ ਗਿਣਤੀ ਵਿੱਚ ਨਹੀਂ ਸਾਨੂੰ ਵਿੰਡੋ ਸ਼ਾਪਿੰਗ ਕਰਾਉਂਦੇ ਸਾਡੇ ਐਮ ਪੀ ਕਾਉਂਸਲਰਸ ਆਉਂਦੇ ਆ ਸਾਨੂੰ ਵਿੰਡੋ ਸ਼ਾਪਿੰਗ ਕਰਾਉਂਦੇ ਤੁਹਾਡਾ ਆਹ ਹੱਕ ਆ ਤੁਹਾਡਾ ਉਹ ਹੱਕ ਆ ਸਾਡਾ ਉਦੋਂ ਹੀ ਹੋਣਾ ਜੋ ਸਾਡੀ ਗਿਣਤੀ ਹੋ ਜਾਣੀ ਉਹ ਹੋ ਗਈ ਆ ਤਾਂ ਹੁਣ ਗਿਣਤੀ ਵਿੱਚ ਆਪਾਂ ਦੇਖਣਾ ਆ ਵੀ ਸਾਡਾ ਜਿਹੜਾ ਸੋਸ਼ਲ ਇਕਨੋਮਿਕ ਇੰਪੈਕਟ ਕੀ ਆ ਸਾਡੀ ਪੋਵਰਟੀ ਕਿੰਨੀ ਆ ਬਾਕੀਆਂ ਨਾਲੋਂ ਮੈਂ ਰਿਸਰਚ ਕਰਦਾ ਸੀ ਥੋੜ੍ਹਾ ਕੁ ਪ੍ਰੋਗਰਾਮ